ਕਰਨ ਸਿੰਘ ਕੀ ਗੱਲ ਹੋਈ ਆ ਜੀ? ਉਹ ਮੁੰਡੇ ਆਏ ਚਾਲ ਤੇ ਉਹਨਾਂ ਗੋਲੀਆਂ ਸੱਤੀਆਂ ਮਾਰੀਆਂ ਮੇਰੇ ਭਰਾ ਦੇ। ਕੀ ਨਾਮ ਤੈਨੂੰ ਤੁਹਾਡੇ ਭਰਾ ਦਾ? ਅਭਿਸ਼ੇਕ। ਕਿਉਂ ਮਾਰੀਆਂ ਗੋਲੀਆਂ? ਕੋਈ ਰੰਜਿਸ਼ਬਾਜ਼ੀ ਸੀ ਜਾਂ? ਉਹਨਾਂ ਦੀ ਵੈਸੇ ਨਿੱਕੀ ਜਿਹੀ ਲੜਾਈ ਤੇ ਆ ਕੇ ਗੋਲੀਆਂ ਮਾਰ ਕੇ ਪਹਿਲਾਂ ਘਰੇ ਵੀ ਚਲਾਈਆਂ, ਪਹਿਲਾਂ ਵੀ ਕਿਹਾ ਸੀ, ਥਾਣੇ ਰਿਪੋਰਟ ਲਗਾਈ। ਅਤੇ ਕੀ ਮੰਗ ਕਰਦੇ ਜੇ ਪੁਲਿਸ ਕੋਲੋਂ? ਪੁਲਿਸ ਤੋਂ ਇਹੀ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਫੜੋ ਅਤੇ ਉਹਨਾਂ ਦੀ ਜੁੱਤੀ ਫੇਰੋ ਚੰਗੀ ਤਰ੍ਹਾਂ। ਮੈਂ ਕਦੇ ਮਰੋ ਨਾ ਜੀ। ਗੱਲ ਹੋਈ ਆ ਹੁਣ ਤੁਹਾਡੇ ਪੋਤਰੇ ਨਾਲ? ਕੀ ਗੱਲ ਹੋਈ? ਕੀ ਨਾਮ ਕੀ ਪੋਤਰੇ ਤੁਹਾਡੇ ਦਾ? ਅਭੀ ਆ ਆਂਦੇ ਤਾਸ਼ ਖੇਡਣ ਡੇ ਸੀ, ਪਤਾ ਨੀ ਹੁਣ ਅਜੇ ਮੈਨੂੰ ਨਹੀਂ ਪਤਾ। ਅਤੇ ਮੋਟਰਾਂ ਨੇ ਵਿਚਾਰੀਆਂ ਮੈਨੂੰ ਫੜ ਕੇ ਲਿਖੇ ਆਈਆਂ ਆ। ਉੱਥੇ ਫਿੱਟਣ ਡੇ ਵੀ ਇੱਕ ਮੇਰੇ ਰਿਸ਼ਤੇਦਾਰੀ, ਮੇਰੀ ਨੂੰਹ ਦੀ ਭੈਣ ਸੀ, ਉਹ ਫਿੱਟਣ ਡੇ ਵੀ ਮੇਰੀ ਵੱਲ ਆਉਂਦੀ ਵੱਲ ਪਾਲੇ ਦੇ ਘਰ ਦੀ। ਨਹੀਂ ਪਤਾ ਨੀ ਸਾਨੂੰ ਭਾਜੀ, ਜਦੋਂ ਵੇਖਿਆ ਕਿਸੇ ਨੇ ਹਾਏ ਪਤਾ ਨੀ ਲੱਗਾ। ਇੱਕ ਦੇ ਲਾਗੇ ਵੱਡਾ ਮੁੰਡਾ ਬੈਠਾ ਵਾ ਤੇ ਇਹ ਖਲੋਤਾ ਸੀ, ਤੇ ਇਹ ਖਲੋਤੇ ਨੂੰ ਆਪਾਂ ਵੇਖਿਆ ਨੀ ਜਦੋਂ ਕਿਸੇ ਨੂੰ, ਤੇ ਉੱਥੇ ਆਪਾਂ ਕੰਮ ਕਰਕੇ ਢਾਈ ਵਜੇ ਤਾਂ ਆਪਾਂ ਆਪਣੇ ਘਰ ਨੂੰ ਆ ਗਏ ਆ। ਨਹੀਂ ਮੌਤ ਕਿਸ ਚੀਜ਼ ਦੇ ਨਾਲ ਹੋਈ ਆ? ਮੌਤ ਦਾ ਤਾਂ ਸਾਰਿਆਂ ਨੂੰ ਗੋਲੀ ਦਾ ਹੀ ਆਰਾਮ ਦੇ ਜੋ ਗੋਲੀ ਬਿਮਾਰੀਆਂ, ਇਹ ਇਸ ਗੱਲ ਦਾ ਨਹੀਂ ਜੋ ਪਤਾ, ਆਪਾਂ ਨੂੰ ਨਹੀਂ ਪਤਾ, ਇਹ ਵੀ ਨਹੀਂ ਜੋ ਪਤਾ ਜਿੱਦਾਂ ਆਪਾਂ ਵੇਖਿਆ ਨਹੀਂ ਭਾਜੀ। ਜਿਹੜੇ ਉੱਥੇ ਤਾਸ਼ ਖੇਡਣ ਡਏ ਹੋਣਗੇ ਨਾ, ਉਹਨਾਂ ਨੂੰ ਕਿਸੇ ਬੰਦੇ ਨੂੰ ਪਤਾ ਹੋਊਗਾ, ਬੁੱਢੀਆਂ ਨੂੰ ਕਿਸੇ ਨੂੰ ਨਹੀਂ ਪਤਾ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਇਸ ਟਾਈਮ ਤੁਸੀਂ ਇਸ ਤਰ੍ਹਾਂ? ਹੁਣ ਵੀ ਦੱਸੋ ਤੁਸੀਂ ਕੀ ਮੰਗ, ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਅੱਜ ਗੋਲੀ ਚੱਲੀ ਹੈ ਜੀ, ਇਹ ਜਿਹੜੀ ਅੱਜ ਗੋਲੀ ਚੱਲੀ ਹੈ ਜੀ, ਇਹਦੇ ਵਿੱਚ ਜਿਹੜੀਆਂ ਨੇ ਚਾਰ ਬੰਦੇ ਸੀਗੇ, ਇਹਨਾਂ ਦੇ ਦੱਸਣ ਮੁਤਾਬਕ ਮਦਈ ਦੇ ਵੀ ਚਾਰ ਬੰਦੇ ਆਏ ਆ ਮੋਟਰਸਾਈਕਲਾਂ 'ਤੇ, ਅਤੇ ਇਹਦੇ ਭਰਾ ਨੂੰ ਜਿਹੜੇ ਆ ਅਭਿਸ਼ੇਕ ਨੂੰ ਮੌਕੇ 'ਤੇ ਗੋਲੀਆਂ ਮਾਰ ਕੇ ਜਿਹੜੇ ਆ ਫੱਟਰ ਕਰ ਗਏ ਆ। ਜਦੋਂ ਇਹਨਾਂ ਨੇ ਚੁੱਕ ਕੇ ਲਿਆ ਕੇ ਉਹਨੂੰ ਲਈ ਆਉਂਦੇ ਸੀਗੇ ਅਤੇ ਉਹਦੀ ਜਿਹੜੀ ਆ ਰਸਤੇ ਦੇ ਵਿੱਚ ਹੀ ਡੈਥ ਹੋ ਗਈ ਆ। ਇਹ ਬਾਏ ਨੇਮ ਜਿਹੜੇ ਆ ਚਾਰ ਬੰਦੇ ਆ, ਇਹਨਾਂ ਦੇ ਖਿਲਾਫ਼ ਅਸੀਂ ਜਿਹੜਾ ਵਾ FIR ਦਰਜ ਕਰਤੀ ਹੈ ਜੀ, ਅਤੇ ਉਹਨਾਂ ਦੇ ਘਰਾਂ 'ਤੇ ਰੇਡ ਕਰਾ ਰਹੇ ਹਾਂ, ਅਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ। ਮੋਬਾਈਲ ਜਿਹੜਾ ਉੱਥੋਂ ਬਾਕੀ ਤਫਤੀਸ਼ ਜਿਹੜੀ ਹੈ ਉਹ ਜਾਰੀ ਹੈ। ਕਿੰਨੀਆਂ ਗੋਲੀਆਂ ਚੱਲੀਆਂ ਵਾ ਜੀ? ਇਹਦੇ ਕਹਿਣ ਮੁਤਾਬਕ ਜਿਹੜੀਆਂ ਉੱਥੇ 5 ਗੋਲੀਆਂ ਉਹਨਾਂ ਨੇ ਮਾਰੀਆਂ ਨੇ ਜੀ। ਇਹ ਹੁਣ ਆਫਟਰ ਪੋਸਟਮਾਰਟਮ ਜਿਹੜਾ ਇਹ ਪਤਾ ਲੱਗੇਗਾ ਵੀ ਉਹਦੇ ਕਿੰਨੀਆਂ ਲੱਗੀਆਂ ਨੇ। ਪਿਸਟਲ ਸਾਰਿਆਂ ਦੇ ਕੋਲ ਸੀ? ਇਹਦੇ ਦੱਸਣ ਮੁਤਾਬਕ ਉਹਨਾਂ ਦੇ ਕੋਲ ਪਿਸਟਲ ਸੀਗੇ। ਪਿਸਟਲ ਇਹਨਾਂ ਕੋਲ ਲਾਇਸੈਂਸੀ ਸੀ ਜਾਂ ਗੈਰ ਕਾਨੂੰਨੀ ਸੀ? ਨਹੀਂ, ਪਿਸਟਲ ਲਾਇਸੈਂਸੀ ਜਾਂ ਗੈਰ ਕਾਨੂੰਨੀ ਹੈ, ਅਤੇ ਜਦੋਂ ਇਹਨਾਂ ਕੋਲ ਫੜੇ ਜਾਣਗੇ ਉਦੋਂ ਪਤਾ ਲੱਗਣਾ ਜੀ ਵੀ ਇਹਨਾਂ ਕੋਲ ਲਾਇਸੈਂਸ ਸੀ ਹੈ ਕਿ ਜਾਂ ਗੈਰ ਕਾਨੂੰਨੀ। ਇਹਦੇ ਖਿਲਾਫ਼ ਦੋਨੋਂ ਧਰਾਵਾਂ ਦੇ ਤਹਿਤ ਅਸੀਂ ਪਰਚਾ ਜਿਹੜਾ ਦਰਜ ਕੀਤਾ ਹੈ। ਕਿੰਨੇ ਬਾਏਨੇਮ ਪਰਚਾ ਦਰਜ ਕੀਤਾ? ਕੀ ਬਾਏਨੇਮ ਪਰਚਾ ਦਿੱਤਾ ਜੀ? ਕੀ ਨਾਮ ਆ ਜੀ? ਇੱਕ ਇਹਦੇ 'ਚ ਘੁੱਦਾ ਆ ਜੀ, ਇੱਕ ਕਿਸ਼ਨਾ ਆ ਜੀ, ਇੱਕ ਇਹਦੇ ਵਿੱਚ ਬੁੱਲੀ ਆ, ਬਲਜੀਤ ਬੁੱਲੀ ਆ ਜੀ, ਅਤੇ ਇੱਕ ਗੁਰਭੇਜਾ ਜੀ। ਚਾਰ ਜਣੇ ਆ, ਅਤੇ ਇਹਨਾਂ 4 ਜਣਿਆਂ ਦੇ ਉਹਦੇ ਕਹਿਣ ਮੁਤਾਬਕ ਹੀ ਇਹਨਾਂ ਨੂੰ ਉਹਨਾਂ ਨੇ ਭੇਜਿਆ, ਹੈਪੀ ਜੱਟ ਨੇ ਭੇਜਿਆ ਸੀਗਾ ਇਹਨਾਂ ਨੂੰ ਮਾਰਨ ਲਈ, ਅਤੇ ਇਹ ਹੈਪੀ ਜੱਟ ਦੇ ਕਹਿਣ 'ਤੇ ਇਹਨਾਂ ਨੇ ਆ ਕੇ ਉਹਦੇ ਗੋਲੀਆਂ ਮਾਰੀਆਂ ਨੇ। ਇਹਨਾਂ ਦੀ ਕੋਈ ਰੰਜਿਸ਼ ਹੈ, ਕੋਈ ਲੇਡੀਜ਼ ਦਾ ਇਹਦਾ ਕੋਈ ਆਪਸੀ ਸੰਬੰਧ ਸੀਗੇ ਜਿਹਦੇ ਕਾਰਨ ਉਹ ਜਿਹੜੇ ਆ ਇਹਦੇ ਅਗੇਂਸਟ ਹੋ ਗਿਆ। ਦੱਸਿਆ ਜਾਂਦਾ ਜੀ ਘੁੱਦੂ 'ਤੇ ਪਹਿਲਾਂ ਵੀ ਪਰਚੇ ਦਰਜ? ਹਾਂਜੀ, ਪਹਿਲਾਂ ਉੱਤੇ ਕੇਸ ਰਜਿਸਟਰਡ ਨੇ, ਕਈਆਂ 'ਚੋਂ ਬੇਲ ਆਊਟ ਆ ਅਤੇ ਕਈਆਂ ਦੇ ਵਿੱਚੋਂ ਅਜੇ ਭਗੌੜਾ ਜੀ। ਦੱਸਿਆ ਜਾਂਦਾ ਨਸ਼ੇ ਦਾ ਕਾਰੋਬਾਰ ਵੀ ਕਰਦੇ ਨੇ? ਨਸ਼ੇ ਦਾ ਕਾਰੋਬਾਰ ਇੱਥੇ ਸਾਡੇ ਇਲਾਕੇ ਵਿੱਚ ਨਹੀਂ ਗੇ ਕਰਦੇ ਜੀ, ਬਾਹਰ ਤਰਨ ਤਾਰਨ ਏਰੀਏ ਦੇ ਵਿੱਚ ਜਿਹੜੇ ਆ ਨਸ਼ੇ ਦਾ ਕਾਰੋਬਾਰ, ਕਿਉਂਕਿ ਗੁਰਭੇਜ ਜਿਹੜਾ ਉਹ ਤਰਨ ਤਾਰਨ ਨੂੰ ਬਿਲੋਂਗ ਕਰਦਾ ਜੀ, ਅਤੇ ਉਹਦੇ ਨਾਲ ਹੀ ਇਹ ਜ਼ਿਆਦਾ ਰਹਿੰਦੇ ਆ। ਦੱਸਿਆ ਜਾਂਦਾ ਹੈਪੀ ਜਿਹੜਾ ਵਾ ਉਹ ਜੇਲ੍ਹ ਤੋਂ ਭਗੌੜਾ ਹੋ ਚੁੱਕਾ? ਹਾਂ, ਜੇਲ੍ਹ ਤੋਂ ਭੱਜਾ ਹੋਇਆ ਜੀ। ਹੁਣ ਪਰਚਾ ਜਿਹੜਾ ਦਰਜ ਕੀਤਾ ਕਿਹੜੀ ਧਾਰਾ ਲਗਾਈ ਗਈ ਹੈ? 302-25-27-54-168 148-149 ਦੇ ਤਹਿਤ ਜਿਹੜਾ FIR ਦਰਜ ਕੀਤੀ ਗਈ ਆ, ਅਤੇ ਇਹਨਾਂ ਦੇ ਵੱਖ ਵੱਖ ਜਗ੍ਹਾ 'ਤੇ ਪਾਰਟੀਆਂ ਬਣਾ ਕੇ ਅਸੀਂ ਰੇਡ ਕਰ ਰਹੇ ਹਾਂ। ਮੌਕੇ ਦੇ ਉੱਤੋਂ ਜਿਹੜੇ ਆ ਇਹਨਾਂ ਦਾ ਡੰਪ ਵਗੈਰਾ ਚੁਕਾ ਲਿਆ ਗਿਆ ਵਾ, ਅਤੇ CCTV ਕੈਮਰੇ ਖੰਗਾਰ ਰਹੇ ਹਾਂ ਵੀ ਕਿਹੜੀ ਕਿੰਨੇ ਜਾਣੇ ਸੀਗੇ, ਕਿਹੜੇ ਮੋਟਰਸਾਈਕਲਾਂ 'ਤੇ, ਇਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ, ਅਤੇ ਆਫਟਰ ਤਫਤੀਸ਼ ਜਿਹੜੀ ਆ ਸਾਰੀ ਗੱਲ ਅਸੀਂ ਸਾਹਮਣੇ ਲਿਆਵਾਂਗੇ।